ਹੈਲੋ, ਸਤਿ ਸ਼੍ਰੀ ਅਕਾਲ ਜੀ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈਗਾ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਅਸੀਂ ਸਾਰੇ ਠੀਕ ਹਾਂ। ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਅਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਲਓ ਜੀ, ਬਲੌਗ ਸ਼ਾਮ ਦੇ ਟਾਈਮ ਤੋਂ ਆਪਾਂ ਸ਼ੂਟ ਕਰ ਰਹੇ ਹਾਂਗੇ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ, ਗਾਰਡਨ ਦੇ ਵਿੱਚ ਬੈਠੇ ਹਾਂ ਅਤੇ ਫਾਈਨਲੀ ਕਰਾ ਰਹੇ ਹਾਂ ਆਪਾਂ ਅੱਜ ਤੁਹਾਨੂੰ ਆਪਣੇ ਗਾਰਡਨ ਦਾ ਟੂਰ ਨਿੱਕਾ ਜਿਹਾ। ਕਿਉਂਕਿ ਕਈ ਵਾਰ ਕਮੈਂਟ ਆ ਜਾਂਦੇ ਨੇ ਜਦੋਂ ਮੈਂ ਕੋਈ ਗਾਰਡਨ ਦੇ ਵਿੱਚ ਕੰਮ ਕਰਦੀ ਹਾਂ। ਪਿਛਲੇ ਦਿਨ ਦੂਸਰੇ ਵੀਡੀਓ 'ਤੇ ਆਇਆ ਸੀ ਕਮੈਂਟ ਇੱਕ ਬੱਚੀ ਦਾ, ਉਹ ਕਹਿੰਦੇ ਸੀ ਪੈਂਸਲ ਕੈਕਟਸ ਦੇ ਕਾਫੀ ਵਧੀਆ ਪਲਾਂਟ ਨੇ, ਦਿਖਾਇਓ, ਹੈ ਨਾ। ਮੈਂ ਕਿਹਾ ਚਲੋ ਛੋਟਾ ਜਿਹਾ ਟੂਰ ਕਰਾ ਦਿੰਦੇ। ਇੱਕ ਦੋ ਪਹਿਲਾਂ ਵੀ ਕਮੈਂਟ ਆਏ ਜੇ ਕਾਫੀ ਟਾਈਮ ਪਹਿਲਾਂ, ਮੈਂ ਕਿਹਾ ਚਲੋ, ਕਿਉਂਕਿ ਕਈ ਵਾਰ ਮੈਨੂੰ ਟਾਈਮ ਨਹੀਂ ਹੁੰਦਾ ਹੈਗਾ। ਫਿਰ ਮੈਂ ਕਿਹਾ ਚਲੋ ਅੱਜ ਹੋਰ ਆਪਾਂ ਕੋਈ ਵੀ ਰੂਟੀਨ ਨਹੀਂ ਦਿਖਾਉਣਾ ਹੈਗਾ ਅਤੇ ਤੁਹਾਡੇ ਨਾਲ ਅੱਜ ਜੋ ਵੀ ਹੈ ਗਾਰਡਨ ਦੇ ਵਿੱਚ, ਜ਼ਿਆਦਾ ਕੁਛ ਨਹੀਂ ਹੈਗੇ, ਜੋ ਵੀ ਪਲਾਂਟ ਨੇ। ਗਰਮੀ ਬਹੁਤ ਜ਼ਿਆਦਾ ਸੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਈ ਵਾਰ ਕਮੈਂਟ ਆ ਜਾਂਦਾ ਵੀ ਇਹੋ ਜਿਹਾ ਕੀ ਹੈ ਤੁਹਾਡੇ ਗਾਰਡਨ ਦੇ ਵਿੱਚ। ਦੇਖੋ ਜੋ ਵੀ ਹੈਗਾ ਮੈਨੂੰ ਬਹੁਤ ਪਿਆਰਾ, ਹੈ ਨਾ, ਨੇਚਰ ਨਾਲ ਮੈਨੂੰ ਬਹੁਤ ਜ਼ਿਆਦਾ, ਪ੍ਰਕਿਰਤੀ ਨਾਲ ਬਹੁਤ ਜ਼ਿਆਦਾ ਮੈਨੂੰ ਪਿਆਰ ਹੈ, ਮੈਂ ਬਹੁਤ ਜ਼ਿਆਦਾ ਜੁੜੀ ਹੋਈ ਹੈਗੀ। ਇਹ ਹੈ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਕੁਛ ਪਲਾਂਟ ਮਰ ਗਏ ਜੀ, ਪੌਦੇ ਮੇਰੇ, ਹੈ ਨਾ, ਨਰਸਰੀ ਜਾ ਨਹੀਂ ਹੋਇਆ ਗਰਮੀ ਕਰਕੇ, ਮੈਂ ਗਈ ਵੀ ਨਹੀਂ ਗਈ ਜੀ। ਗੇੜਾ ਤਾਂ ਵੈਸੇ ਵੱਜਦਾ ਹੀ ਰਹਿੰਦਾ ਸੁਨਾਮ ਦਾ, ਪਰ ਮੈਂ ਨਹੀਂ ਲੈ ਕੇ ਆਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ। ਅਤੇ ਹੁਣ ਆਪਾਂ ਸ਼ੁਰੂ ਕਰਾਂਗੇ ਥੋੜ੍ਹਾ ਥੋੜ੍ਹਾ ਕਰਕੇ ਅਤੇ ਦੇਖ ਦੇਵਾਂਗੇ ਜੋ ਵੀ ਹੈਗਾ ਉਹ ਤੁਹਾਡੇ ਨਾਲ ਆਪਾਂ ਕਰਦੇ ਹਾਂ ਸ਼ੇਅਰ। ਜੋ ਵੀ ਪਲਾਂਟ ਨੇ ਉਹ ਤੁਹਾਨੂੰ ਦਿਖਾਉਣੇ, ਮਿਰਚਾਂ ਲੱਗ ਗਈਆਂ, ਸਬਜ਼ੀ ਨੂੰ ਤੜਕਾ ਲਾ ਕੇ ਆਈ ਸੀਗੀ ਮੈਂ। ਚਲੋ ਜੀ, ਕਰਦੇ ਆਪਾਂ ਵੀਡੀਓ ਸਟਾਰਟ, ਹੈ ਨਾ। ਦਿਖਾਉਣਾ ਤੁਹਾਨੂੰ ਸ਼ੁਰੂ ਤੋਂ ਪਲਾਂਟ ਕਿਹੜੇ ਕਿਹੜੇ ਨੇ ਆਪਣੇ ਕੋਲ, ਕਿਹੜੇ ਕਿਹੜੇ ਮਤਲਬ ਕਿੰਨਾ ਦੀ ਆਪਾਂ ਕਟਿੰਗ ਲਾ ਸਕਦੇ, ਕਿੰਨਾ ਨੂੰ ਆਪਾਂ ਡਿਵਾਈਡ ਕਰਕੇ ਇੱਕ ਤੋਂ ਜਾਣੀ ਕਿ ਕਾਫੀ ਜ਼ਿਆਦਾ ਪਲਾਂਟ ਬਣਾ ਸਕਦੇ ਹਾਂ, ਹੈ ਨਾ। ਕਈ ਜਿਹੜੇ ਮਤਲਬ ਪਲਾਂਟ ਤੋਂ ਹੁੰਦੇ ਨੇ, ਮਤਲਬ ਕਈ ਆਪਾਂ ਨੂੰ ਲਿਆ ਕੇ ਲਾਉਣੇ ਪੈਂਦੇ ਨੇ, ਹੈ ਨਾ। ਚਲੋ ਜੀ, ਉਹ ਤੁਹਾਡੇ ਨਾਲ ਆਪਾਂ ਵੀਡੀਓ ਅੱਜ ਸ਼ੇਅਰ ਕਰਦੇ ਹਾਂ ਸਾਰੀ, ਠੀਕ ਆ ਜੀ। ਬਣੇ ਰਹੋ ਵੀਡੀਓ ਦੇ ਵਿੱਚ ਅਤੇ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ, ਕਮੈਂਟ ਵੀ ਸਾਰੇ ਲਾਈਕ ਕਰਦਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਨਾ, ਅਤੇ ਸ਼ੇਅਰ ਵੀ ਕਰ ਦਿਓ ਜੇ ਹੋ ਸਕਿਆ, ਅਤੇ ਨਿਊ ਆ ਮੇਰੇ ਚੈਨਲ 'ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਚਲੋ ਜੀ, ਫਿਰ ਕਰਦੇ ਹਾਂ ਆਪਾਂ ਸ਼ੁਰੂ, ਦਿਖਾਉਣੇ ਤੁਹਾਨੂੰ ਕਿਹੜੇ ਕਿਹੜੇ ਪਲਾਂਟ ਨੇ, ਹੈ ਨਾ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਪਲਾਂਟ ਦੇ ਵਿੱਚ ਨਾ ਪਾਣੀ ਵੀ ਪੌਦਿਆਂ 'ਚ ਪਾਉਣ ਵਾਲਾ ਹੋ ਗਿਆ। ਸਭ ਤੋਂ ਪਹਿਲਾਂ ਪੈਨਸਲ ਕੈਕਟਸ ਦੀ ਗੱਲ ਕਰਦੇ, ਛੋਟੀ ਤੋਂ ਛੋਟੀ ਕਟਿੰਗ ਦੇ ਨਾਲ ਵੀ ਹੋ ਜਾਂਦਾ। ਦੇਖੋ ਛੋਟੀ ਜਿਹੀ ਕਟਿੰਗ ਸੀ, ਜਿਵੇਂ ਵੀ ਮੈਨੂੰ ਕੋਈ ਵੀ ਮਿਲਦਾ, ਇੱਦਾਂ ਦੇਖੋ ਇਹ ਕਾਫੀ ਜ਼ਿਆਦਾ ਦੀ ਜਿਹੜੀ ਗਰੋਥ ਹੋਣ ਕਰਕੇ ਕਾਫੀ ਵਧੀਆ ਹੈਲਦੀ ਹੋ ਗਿਆ, ਪਰ ਥੋੜ੍ਹਾ ਜਿਹਾ ਪਾਣੀ ਆ ਕਿਉਂਕਿ ਇਹਦੇ ਵਿੱਚ ਖੜਦਾ ਨਹੀਂ ਤਾਂ ਕਰਕੇ ਥੋੜ੍ਹਾ ਜਿਹਾ ਐਵੇਂ ਲੱਗਦਾ। ਕਾਫੀ ਵਧੀਆ ਪਲਾਂਟ ਹੈ ਇਹ, ਛੋਟੀ ਜਿਹੀ ਕਟਿੰਗ ਤੋਂ ਲੱਗ ਜਾਂਦਾ। ਇਹ ਆਪਾਂ ਇੱਕ ਕਹਿ ਸਕਦੇ ਵੀ ਇੱਕ ਪਲਾਂਟ ਲਿਆ ਕੇ ਆਪਾਂ ਇਹਦੇ ਬਹੁਤ ਸਾਰੇ, ਚਾਹੀਏ ਤਾਂ ਆਪਾਂ 100-200 ਜਿੰਨੇ ਵੀ ਪਲਾਂਟ ਬਣਾਉਣੇ ਨੇ ਆਪਾਂ ਇਹਦੇ ਪਲਾਂਟ ਬਣਾ ਸਕਦੇ ਹਾਂਗੇ, ਬਹੁਤ ਵਧੀਆ ਬਾਕੀ ਘਰ ਦੇ ਲਈ। ਵੈਸੇ ਇਹਨੂੰ ਸੁੱਖ ਸ਼ਾਂਤੀ ਵੀ ਕਹਿੰਦੇ ਨੇਗੇ। ਇਹ ਮੈਨੂੰ ਇੱਕ ਫਰੈਂਡ ਨੇ ਦਿੱਤਾ ਸੀਗਾ ਅਤੇ ਹੁਣ ਇਹਦੇ ਕਾਫੀ ਜ਼ਿਆਦਾ ਪਲਾਂਟ ਮੈਂ ਬਣਾ ਚੁੱਕੀ ਹੈਗੀ, ਬਹੁਤ ਵਧੀਆ, ਤੁਸੀਂ ਇਹ ਵੀ ਲਾ ਸਕਦੇ ਹੋ ਨਾ, ਬਹੁਤ ਸ਼ੁਭ ਮੰਨਿਆ ਜਾਂਦਾ ਇਹਨੂੰ ਘਰੇ। ਕਾਫੀ ਮਤਲਬ ਇਹ ਟ੍ਰੀ ਦੀ ਤਰ੍ਹਾਂ ਹੋ ਜਾਂਦਾ, ਇੱਕ ਕਾਫੀ ਵੱਡਾ ਜਿਵੇਂ ਦਰਖਤ ਦੀ ਸ਼ੇਪ ਲੈ ਲੈਂਦਾ ਜਿਹੜਾ ਇਹ, ਜੇਕਰ ਆਪਾਂ ਇਹਨੂੰ ਧਰਤੀ ਦੇ ਵਿੱਚ ਲਾਉਣੇ ਤਾਂ ਇੱਕ ਦਰਖਤ ਦੀ ਜਿਹੜੀ ਸ਼ੇਪ ਲੈ ਲੈਂਦਾ ਇਹ, ਬਹੁਤ ਵਧੀਆ ਚੀਜ਼ ਆ ਦੇਖੋ। ਅਤੇ ਦੁਆਦ ਆ ਗਏ ਸਨੇਕ ਪਲਾਂਟ, ਇਹਨੂੰ ਵੀ ਤੁਸੀਂ ਇੱਕ ਲਿਆਓਗੇ ਤਾਂ ਕਾਫੀ ਸਾਰੇ ਇਹਦੇ ਹੋ ਜਾਂਦੇ ਨੇ। ਇਹ ਮਤਲਬ ਇੱਦਾਂ ਹੀ ਮਦਰ ਪਲਾਂਟ, ਨੀਚੇ ਨੀਚੇ ਇਹਦੇ ਨਾ ਪਲਾਂਟ ਹੋ ਜਾਂਦੇ, ਹੋਰ ਉਹਨੂੰ ਤੁਸੀਂ ਡਿਵਾਈਡ ਕਰ ਲਓ, ਅਲੱਗ ਕਰ ਲਓ, ਲਗਾ ਲਓ। ਉਸ ਤੋਂ ਬਾਅਦ ਆਉਂਦਾ ਦੇਖੋ ਇੱਧਰ, ਜਿਵੇਂ ਕਿ ਮੈਂ ਕਟਿੰਗ ਇਹ ਮਤਲਬ ਡਿਵਾਈਡ ਹੁੰਦਾ ਇਹਦੇ ਨੀਚੇ, ਜਿਵੇਂ ਇੱਕ ਗੰਢੇ ਦੇ ਆਪਣੇ ਉਹ ਨਹੀਂ ਹੁੰਦੇ, ਗੰਢੇ ਦੀ ਪਾ ਉਹ ਲੈ ਕੇ ਆਉਂਦੇ ਆਪਾਂ ਪੌਦ, ਉੱਦਾਂ ਹੁੰਦੇ ਨੇ ਇਹ ਵੀ ਡਿਵਾਈਡ ਕਰਕੇ ਲਾਉਣੇ ਪੈਂਦੇ ਨੇ। ਇਹ ਵੀ ਤੁਸੀਂ ਇੱਕ ਪਲਾਂਟ ਲਿਆਓ ਨਰਸਰੀ ਤੋਂ, ਕਾਫੀ ਸਾਰੇ ਇਹਦੇ ਪਲਾਂਟ ਜਿਹੜੇ ਬਣ ਜਾਂਦੇ ਨੇ, ਠੀਕ ਆ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਜੈੱਡ ਪਲਾਂਟ, ਇਹ ਵੀ ਅਜਿਹਾ ਪਲਾਂਟ ਹੈਗਾ ਵੀ ਤੁਸੀਂ ਇੱਕ ਲਿਆਓ ਨਰਸਰੀ ਤੋਂ, ਇੱਕ ਜਾਂ ਸ਼ਾਇਦ ਦੋ ਹੀ ਲੈ ਕੇ ਆਈ ਸੀ,
ਅੱਜ ਮੇਰੇ ਕੋਲ ਇੰਨੇ ਤੇ ਜ਼ਿਆਦਾ ਨੇ, ਜੈੱਡ ਪਲਾਂਟ ਬਹੁਤ ਜ਼ਿਆਦਾ ਹੋ ਗਏ ਮੇਰੇ ਕੋਲ। ਇਹ ਬਿਲਕੁਲ ਨਿੱਕੀ ਜਿਹੀ ਕਟਿੰਗ ਲਾ ਸਕਦੇ ਤੁਸੀਂ ਇਹਦੀ, ਇੱਕ ਵਾਰ ਤੁਸੀਂ ਆਪਣੇ ਘਰ ਲਿਆਏ ਇਹਨੂੰ ਅੱਗੇ ਬਹੁਤ, ਇਹਦੇ ਵੀ ਤੁਸੀਂ 100, 200, 400, 500 ਜਿੰਨੇ ਵੀ ਪਲਾਂਟ ਤੁਸੀਂ ਬਣਾ ਸਕਦੇ ਹੋ ਇਹਦੇ, ਉਹ ਤੁਹਾਡੀ ਹਿੰਮਤ ਆ, ਤੁਸੀਂ ਉਨੇ ਹੀ ਪਲਾਂਟ ਇਹਦੇ ਬਣਾ ਸਕਦੇ ਹੋ। ਠੀਕ ਆ ਜੀ, ਇਹ ਸੀ ਜੈੱਡ ਪਲਾਂਟ। ਬਾਕੀ ਹੁਣ ਤੁਹਾਨੂੰ ਆਪਾਂ ਬੈਕ ਕੈਮਰੇ ਨਾਲ ਦਿਖਾਉਣਾ। ਠੀਕ ਆ ਜੀ, ਲਓ ਜੀ ਇੱਧਰੋਂ ਸ਼ੁਰੂ ਕਰਦੇ ਹਾਂ। ਇੱਥੇ ਐਰੀਕਾ ਪਾਵਾਂ, ਦੇਖੋ ਗਰਮੀ ਨਾਲ ਇਹਦੀ ਥੋੜ੍ਹੀ ਜਿਹੀ ਹਾਲਤ ਹੋ ਗਈ ਸੀ ਖਰਾਬ, ਪਰ ਹੁਣ ਸੈੱਟ ਹੋਣ ਲੱਗ ਗਿਆ। ਦੇਖੋ ਹੁਣ ਨਵੇਂ ਨਵੇਂ ਇਹਦੇ ਪੱਤੇ ਜਿਹੜੇ ਨਿਕਲਣ ਲੱਗ ਗਏ, ਬਹੁਤ ਸੋਹਣਾ ਹੋ ਜਾਣਾ ਇਹਨੇ ਹੁਣ ਸਰਦੀ ਦੇ ਵਿੱਚ। ਇਸ ਤਰ੍ਹਾਂ ਦੇ ਤੁਸੀਂ ਕੱਟਦੇ ਰਿਹਾ ਕਰੋ, ਪਰ ਮੈਂ ਇੱਕ ਥੋੜ੍ਹਾ ਐਕਸਪੀਰੀਅੰਸ ਕਰਨਾ ਸੀ ਇਹਦਾ। ਇੱਕ ਮੈਨੂੰ ਨਾ ਕਿਸੇ ਨੇ ਕਿਹਾ ਸੀ ਵੀ ਦੁਬਾਰਾ ਪੱਤੇ ਆਉਂਦੇ ਨੇ ਇਹਦੇ, ਪਰ ਮੈਂ ਉਹੀ ਦੇਖਣਾ ਚਾਹੁੰਦੀ ਹਾਂ ਵੀ ਆਉਂਦੇ ਨੇ ਕਿ ਨਾ। ਪਰ ਜਿਹੜੀ ਇਹਦੀ ਟਹਿਣੀ ਆ ਦੇਖੋ ਬਿਲਕੁਲ ਗ੍ਰੀਨ ਹੋ ਗਈ, ਮੈਂ ਦੇਖਣਾ ਇਹੀ ਚਾਹੁੰਦੀ ਵੀ ਦੁਬਾਰਾ ਇਹਦੇ ਪੱਤੇ ਨਿਊ ਆਉਂਦੇ ਨੇ ਕਿ ਜਾਂ ਫਿਰ ਫੇਕ ਆ ਉਹ, ਹੈ ਨਾ। ਅਤੇ ਉਸ ਤੋਂ ਬਾਅਦ ਇੱਧਰ ਐਕਸਪੈਰੀਗਸ, ਦੇਖੋ ਇਹ ਇੱਕ ਲੈ ਕੇ ਆਈ ਸੀ ਮੈਂ, ਇਹਦੇ ਵਿੱਚੋਂ ਡਿਵਾਈਡ ਹੋ ਜਾਂਦੇ ਨੇ ਕਾਫੀ, ਆਪਾਂ ਇਹਦੇ ਵਿੱਚੋਂ ਕੱਢ ਕੇ ਲਾ ਸਕਦੇ ਹਾਂ। ਠੀਕ ਆ ਜੀ, ਆਹ ਦੇਖੋ ਪੈਨਸਲ ਕੈਕਟਸ ਦਾ ਕਿੰਨਾ ਵੱਡਾ ਪਲਾਂਟ ਹੋ ਗਿਆ। ਦੇਖੋ ਇਹਨੂੰ ਆਪਾਂ ਜੇ ਧਰਤੀ 'ਚ ਲਾਵਾਂਗੇ ਪੂਰੀ ਦਰਖਤ ਦੀ ਸ਼ੇਪ ਲੈ ਲੈਣੀ ਇਹਨੇ, ਜੋ ਕਿ ਬਹੁਤ ਸੋਹਣਾ ਲੱਗਦਾ, ਹੈ ਨਾ। ਆਹ ਦੇਖੋ ਇੱਧਰ ਜੈੱਡ ਪਲਾਂਟ ਹੈਗਾ, ਜੈੱਡ ਪਲਾਂਟ ਵੀ ਕਟਿੰਗ ਤੋਂ ਲਾਇਆ ਹੋਇਆ। ਆਹ ਪੋਨੀ ਟੇਲ ਆ ਜੀ, ਇਹ ਸਿੰਗਲੀ ਲੈ ਕੇ ਆਈ ਸੀ, ਸਿੰਗਲੀ ਹੈ ਜੀ, ਇਹਦੇ ਵਿੱਚੋਂ ਕੁਝ ਨਹੀਂ ਡਿਵਾਈਡ ਹੁੰਦਾ ਹੈਗਾ, ਜਾਂ ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ। ਇੱਕੇ ਲੈ ਕੇ ਆਈ ਸੀ, ਬਹੁਤ ਸੋਹਣਾ ਚੱਲ ਰਿਹਾ, ਦੇਖੋ ਇਹਨੇ ਇੱਦਾਂ ਇੱਦਾਂ ਹੀ ਜਾਈ, ਹੈ ਨਾ। ਅਤੇ ਆਹ ਦੇਖੋ ਲਿੱਲੀ ਹੈਗੀ, ਇਹ ਵੀ ਮੇਰੇ ਕੋਲ ਸ਼ਾਇਦ ਦੋ ਨੇ ਲਿੱਲੀ ਦੇ, ਹਾਂਜੀ ਦੋ ਨੇ। ਇਹ ਡਿਵਾਈਡ ਕਰਕੇ ਮੈਂ ਲਾਤੀ ਸੀ, ਇਹ ਡਿਵਾਈਡ ਹੋ ਜਾਂਦੇ ਆ, ਇਹ ਵਾਲੇ ਇਹਨੂੰ ਆਪਾਂ ਡਿਵਾਈਡ ਕਰਕੇ ਲਾ ਸਕਦੇ, ਡਿਵਾਈਡ ਵੀ ਕਰਕੇ ਇਹਨੂੰ ਵਿੱਚੋਂ ਡਿਵਾਈਡ ਹੀ ਹੋਊ, ਇਹ ਨਿਕਲ ਜਾਂਦੇ ਇਹਨੂੰ ਮਿੱਟੀ ਤੋਂ ਬਾਹਰ ਕੱਢ ਕੇ ਡਿਵਾਈਡ ਕਰਕੇ ਆਪਾਂ ਲਾ ਸਕਦੇ ਹਾਂ। ਮੈਕਸੀਕਨ ਪਟੂਨੀਆ, ਇਹਦੀ ਹਾਲਤ ਕਾਫੀ ਖਰਾਬ ਹੋ ਗਈ, ਗਰਮੀ ਬਹੁਤ ਜ਼ਿਆਦਾ ਪੈਣ ਕਰਕੇ, ਹੈ ਨਾ। ਇੱਦਾਂ ਛੋਟੀ ਛੋਟੀ ਕਟਿੰਗਾਂ ਹੁੰਦੀਆਂ ਨੇ ਜਿਹੜੀਆਂ ਜੈੱਡ ਪਲਾਂਟ ਦੀਆਂ, ਮੈਂ ਲਾ ਦਿੰਦੀ ਹਾਂ ਅਤੇ ਕਾਫੀ ਜ਼ਿਆਦਾ ਗਰੋਥ ਇਹਨਾਂ ਦੀ ਹੋ ਜਾਂਦੀ ਹੈਗੀ। ਇਹਦੀ ਕੋਈ ਕੇਅਰ ਨਹੀਂ ਕਰਨੀ ਪੈਂਦੀ, ਕੋਈ ਇਹਨੂੰ ਖੁਰਾਕ ਦੇਣ ਦੀ ਵੀ ਲੋੜ ਨਹੀਂ ਪੈਂਦੀ, ਚਾਹੇ ਕੁਛ ਵੀ ਨਾ ਦਿਉ, ਸਿਰਫ ਪਾਣੀ ਨਾਲ ਹੀ ਚੱਲੂਗਾ ਇਹ। ਇੱਧਰੋਂ ਦੇਖੋ ਜਿਹੜਾ ਸਨੇਕ ਪਲਾਂਟ, ਤੁਹਾਨੂੰ ਮੈਂ ਕਿਹਾ ਸੀ ਕਾਫੀ ਜ਼ਿਆਦਾ ਇਹਦੀ ਗਰੋਥ ਬਹੁਤ ਜ਼ਿਆਦਾ ਹੈਵੀ ਹੋ ਗਿਆ, ਇਹ ਪੂਰਾ ਪੋਟ ਸੀ ਜਿਹੜਾ ਇਹਨੇ ਕਵਰ ਕਰ ਲਿਆ, ਹੈ ਨਾ। ਵਿੱਚੋਂ ਕੁਝ ਵੀ ਜਗ੍ਹਾ ਨਹੀਂ ਹੈਗੀ, ਹਜੇ ਇਹਦੇ ਵਿੱਚ ਹੋਰ ਵੀ ਨਿਕਲੀ ਜਾਣਗੇ ਨਾਲ ਨਾਲ ਪਲਾਂਟ, ਇੱਕ ਲਿਆਉਂਗੇ ਤਾਂ ਇਹ ਬਹੁਤ ਜ਼ਿਆਦਾ ਹੋ ਜਾਣਾ, ਹੈ ਨਾ। ਉਸ ਤੋਂ ਬਾਅਦ ਆਹ ਦੇਖੋ ਐਰੀਕਾ ਪਾਮ, ਜਿਹੜਾ ਇਹ ਐਰੀਕਾ ਪਾਮ ਆ ਇਹਨੂੰ ਵੀ ਆਪਾਂ ਡਿਵਾਈਡ ਕਰਕੇ ਲਾ ਸਕਦੇ ਹਾਂ, ਹੈ ਨਾ। ਪੋਟ ਨੂੰ ਖਾਲੀ ਕਰਕੇ ਡਿਵਾਈਡ ਹੋ ਜੂਗਾ, ਇਹ ਜ਼ਿਆਦਾ ਬੁਸ਼ੀ ਹੋ ਗਿਆ ਜਿਵੇਂ, ਜ਼ਿਆਦਾ ਸੰਘਣਾ ਹੋ ਗਿਆ ਦੇਖੋ, ਹੈ ਨਾ। ਇਹਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ, ਦੋ ਜਾਂ ਤਿੰਨ ਪਲਾਂਟ ਇਹਦੇ ਆਪਾਂ ਬਣਾ ਸਕਦੇ ਹਾਂ, ਈਜ਼ੀਲੀ ਇਹ ਗਰੋ ਕਰਨਗੇ, ਚੱਲਦੇ ਆ ਵਧੀਆ, ਹੈ ਨਾ। ਇਹ ਸ਼ਾਇਦ ਮੈਂ ਡਿਵਾਈਡ ਕਰਕੇ ਲਾਏ ਸੀਗੇ। ਉਸ ਤੋਂ ਬਾਅਦ ਚਾਈਨਾ ਪਾਮ ਆ ਜਿਹੜਾ, ਇਹ ਮੇਰੇ ਕੋਲ ਸਿੰਗਲੀ ਹੈ ਜੀ, ਜਿਵੇਂ ਦੇਖੋ ਇੱਧਰ ਤੁਹਾਨੂੰ ਦਿਖਾਉਂਦੀ ਮੈਂ ਕਟਿੰਗ ਲਾਈ ਹੋਈ ਹੈਗੀ। ਆਹ ਦੇਖੋ ਟਰਟਲ ਵਾਈਨ ਦੀ ਕਟਿੰਗ ਲਾਈ ਹੈ, ਜੋ ਕਿ ਚੱਲ ਪਈ, ਹੈ ਨਾ। ਇਹਦਾ ਮੈਨੂੰ ਨਾਮ ਨਹੀਂ ਪਤਾ ਜੀ ਕੀ ਹੈ, ਪਰ ਇਹਦੇ ਫਲਾਵਰ ਇੰਨੇ ਪਿਆਰੇ ਖਿਲੇ ਨੇ, ਦੇਖੋ ਬਹੁਤ ਸੋਹਣੇ ਫਲਾਵਰ ਖਿਲੇ ਨੇ। ਜਿਵੇਂ ਆਹ ਮੇਰੇ ਸਭ ਤੋਂ ਪਹਿਲਾਂ ਸ਼ਾਇਦ ਪਲਾਂਟ, ਆਹ ਮੇਰੇ ਕੋਲ ਜੈੱਡ ਪਲਾਂਟ ਦਾ, ਇਹ ਇੱਕ ਬਾਸਕਿਟ ਦੇ ਵਿੱਚ ਸ਼ਾਇਦ ਪਤਾ ਨਹੀਂ ਕਟਿੰਗ ਹੀ ਲਾਈ ਸੀ ਇਹ, ਮੈਂ ਕਟਿੰਗ ਲਾਈ ਸੀ, ਹਾਂਜੀ ਕਟਿੰਗ ਲਾਈ ਸੀ, ਪਰ ਦੇਖੋ ਤੁਸੀਂ ਪੂਰਾ ਜ਼ਿਆਦਾ ਕਵਰ ਹੋ ਗਿਆ। ਆਹ ਦੇਖੋ ਕਿੰਨਾ ਜ਼ਿਆਦਾ ਸੰਘਣਾ ਹੋਇਆ ਪਿਆ, ਦੇਖੋ ਇਹ ਬਹੁਤ ਜ਼ਿਆਦਾ ਹੋ ਗਿਆ, ਕਾਫੀ ਟਾਈਮ ਤੋਂ ਇਹ। ਬਾਕੀ ਇੱਧਰ ਕਟਿੰਗ ਤੋਂ ਹੀ ਲਾਏ ਹੋਏ ਨੇ ਸਾਰੇ, ਆਹ ਸਾਰੇ ਕਟਿੰਗ ਤੋਂ ਹੀ ਨੇ। ਇੱਧਰ ਵੀ ਜੈੱਡ ਪਲਾਂਟ, ਪਰ ਜੈੱਡ ਪਲਾਂਟ ਦੀ ਇੱਕ ਹੋਰ ਖਾਸੀਅਤ ਆ, ਇਹਨੂੰ ਆਪਾਂ ਕੋਈ ਵੀ ਸ਼ੇਪ ਦੇ ਸਕਦੇ, ਪਰ ਇਹ ਸ਼ੇਪ ਹੁਣ ਜ਼ਿਆਦਾ ਜਿਹੜਾ ਹੋ ਗਿਆ, ਇਹ ਇਹਦੀਆਂ ਬ੍ਰਾਂਚਸ ਨੇ ਜਿਹੜੀਆਂ ਕਾਫੀ ਜ਼ਿਆਦਾ ਨੇ ਹੋਣ ਕਰਕੇ, ਜਿਹੜੀ ਇਹਦੀ ਸ਼ੇਪ ਸੀ ਪਿਕੋਕ ਦੀ ਸ਼ੇਪ ਦਿੱਤੀ ਹੋਈ ਸੀਗੀ, ਅਤੇ ਉਹ ਥੋੜ੍ਹਾ ਹੁਣ ਵਿੱਚ ਕੋਲ ਮਿਲ ਗਿਆ, ਕਟਿੰਗ ਇਹਦੀ ਦੁਬਾਰਾ ਕਰਨੀ ਪਊਗੀ। ਠੀਕ ਆ ਜੀ, ਆਹ ਦੇਖੋ ਸਾਰੇ ਜੈੱਡ ਪਲਾਂਟ ਦੇ ਪੈਂਸਲ ਕੈਕਟਸ ਦੀ ਸਾਰੀ ਮੇਰੇ ਕੋਲ ਕਟਿੰਗ ਹੀ ਆ, ਆਹ ਵੀ ਕਟਿੰਗ ਲਾਈ ਹੋਈ ਹੈਗੀ ਮੇਰੇ ਕੋਲ ਸੁਦਰਸ਼ਨ ਦੀ, ਇਹ ਵੀ ਕਟਿੰਗ ਆ, ਇਹ ਵੀ ਲਾਇਆ ਹੋਇਆ ਮੈਂ, ਕਟਿੰਗ ਨਹੀਂ ਸੋਰੀ, ਇਹਨੂੰ ਡਿਵਾਈਡ ਕਰਕੇ ਲਾਇਆ ਹੋਇਆ ਸੁਦਰਸ਼ਨ ਨੂੰ, ਇਹਨੂੰ ਵੀ ਆਪਾਂ ਡਿਵਾਈਡ, ਇਹ ਤਾਂ ਤੁਹਾਨੂੰ ਪਤਾ ਹੀ ਆ, ਹੈ ਨਾ, ਐਲੋਵੇਰਾ ਡਿਵਾਈਡ ਹੋ ਜਾਂਦਾ ਗਾ,
ਠੀਕ ਆ ਜੀ। ਬਾਕੀ ਦੇਖੋ ਇਹਨਾਂ ਵਿੱਚੋਂ ਜਿਹੜੇ ਸੀਗੇ ਗਰਮੀ ਕਰਕੇ ਮਰ ਚੁੱਕੇ ਨੇ, ਆਹ ਦੇਖੋ ਸਨੇਕ ਪਲਾਂਟ, ਇਹ ਵੀ ਆਪਾਂ ਡਿਵਾਈਡ ਕਰਦੇ ਰਹਿੰਦੇ ਹਾਂ ਵੀ ਚਲੋ ਹੈ ਨਾ ਕਾਫੀ ਜ਼ਿਆਦਾ ਭਰਮਾ ਹੋ ਜਾ। ਆਹ ਦੇਖੋ ਇੱਧਰ ਥੋੜ੍ਹਾ ਜਿਹਾ ਧੁੱਪ ਕਰਕੇ ਹੁਣ ਡੱਲ ਜਿਹਾ ਹੋ ਰਿਹਾ ਇਹਦਾ ਕਲਰ, ਅਤੇ ਇਹ ਵੀ ਕਟਿੰਗ ਵਧੀਆ ਚੱਲ ਰਹੀ ਆ ਦੇਖੋ, ਠੀਕ ਆ ਜੀ। ਆਹ ਦੇਖੋ ਇੱਧਰ ਵੀ ਟਰਟਲ ਵਾਈਨ ਦੀ ਮੈਂ ਕਟਿੰਗ ਹੀ ਲਾਈ ਹੋਈ ਹੈਗੀ, ਇਹ ਵੀ ਕਟਿੰਗ ਹੀ ਹੈਗੀ। ਇੱਧਰ ਵੀ ਕਟਿੰਗ ਹੈਗੀ ਜੈੱਡ ਪਲਾਂਟ ਦੀ, ਆਹ ਵੀ ਟਰਟਲ ਵਾਈਨ ਦੀ ਕਟਿੰਗ ਹੈਗੀ। ਇੱਧਰ ਵੀ ਟਰਟਲ ਵਾਈਨ ਦੀ ਮੈਂ ਕਟਿੰਗ ਲਾਈ ਸੀ, ਦੇਖੋ ਕਾਫੀ ਜ਼ਿਆਦਾ ਇਹ ਪਲਾਂਟ ਸੀ ਜਿਹੜਾ ਬੁਸ਼ੀ ਹੋ ਗਿਆ, ਬਹੁਤ ਜ਼ਿਆਦਾ ਫੈਲ ਗਿਆ, ਠੀਕ ਆ ਜੀ। ਉੱਪਰ ਇੱਦਾਂ ਡੀ ਆਈ ਵਾਈ ਹੈ ਜਿਹੜੀ ਮੇਰੀ ਬਣਾਈ ਹੋਈ ਸੀਗੀ, ਅਤੇ ਆਹ ਆਰਟੀਫਿਸ਼ਲ ਨੇ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਜਿਹੜਾ ਆਹ ਪਲਾਂਟ ਆ ਸੌਂਗ ਆਫ ਇੰਡੀਆ ਦਾ, ਇਹ ਮੇਰਾ ਪਲਾਂਟ ਮਦਰ ਪਲਾਂਟ ਆ, ਇਹ ਤੋਂ ਮੈਂ ਕਾਫੀ ਕਈ ਪਲਾਂਟ ਬਣਾ ਲਏ, 3-4 ਪਲਾਂਟ ਇਹ ਤੋਂ ਬਣਾਏ ਹੋਏ ਨੇ ਮੈਂ। ਇਹ ਵੀ ਆਪਾਂ ਇੱਥੋਂ ਜਿਵੇਂ ਆਹ ਸਟੈਮ ਇਹਦੀ ਨਿਕਲੀ ਆ ਹੈ ਨਾ, ਇਹਨੂੰ ਇੱਥੋਂ ਕਟਿੰਗ ਕਰਾਂਗੇ ਪਾਣੀ ਵਿੱਚ ਕਈ ਦਿਨ ਰੱਖ ਕੇ, ਉਸ ਤੋਂ ਬਾਅਦ ਆਪਾਂ ਇਹਨੂੰ ਮਿੱਟੀ ਵਿੱਚ ਲਾ ਸਕਦੇ ਹਾਂ, ਡਾਇਰੈਕਟ ਮਿੱਟੀ ਵਿੱਚ ਵੀ ਲਾ ਸਕਦੇ ਹਾਂਗੇ, ਠੀਕ ਆ ਜੀ। ਇਹ ਇਸ ਤਰ੍ਹਾਂ ਇਹ ਵੀ ਕਾਫੀ ਜ਼ਿਆਦਾ ਹੋ ਜਾਂਦੇ ਨੇ, ਇਹ ਵੀ ਆਪਾਂ ਡਿਵਾਈਡ ਕਰ ਸਕਦੇ ਹਾਂ। ਐਰੀਕਾ ਪਾਮ ਇਹ ਵਾਲਾ ਪੈਂਸਿਲ ਕੈਕਟਸ ਦਾ ਕਟਿੰਗ ਲਾਈ ਸੀ, ਦੇਖੋ ਕਾਫੀ ਜ਼ਿਆਦਾ ਗਰੋਥ ਕਰ ਗਿਆ ਇਹ ਪਲਾਂਟ ਦੇਖੋ। ਅਤੇ ਆਹ ਦੇਖੋ ਇੱਧਰ, ਆਹ ਦੇਖੋ ਇਹਦਾ ਨਾਮ ਮੈਂ ਭੁੱਲ ਗਈ, ਕਿੰਨਾ ਸੋਹਣਾ ਫੁੱਲ ਖਿੜਿਆ। ਇਹ ਜਦੋਂ ਬਾਰਿਸ਼ ਹੁੰਦੀ ਨਾ, ਬਾਰਿਸ਼ ਦੇ ਵਿੱਚ ਇਹਦੇ ਫੁੱਲ ਖਿੜਦੇ ਨੇ। ਇੱਧਰ ਵੀ ਸਨੇਕ ਪਲਾਂਟ ਹੈਗਾ, ਕਟਿੰਗ ਤੋਂ ਲਾਇਆ ਹੋਇਆਗਾ, ਠੀਕ ਆ ਜੀ। ਸ਼ਾਇਦ ਇਹਦਾ ਨਾਮ ਹੈਗਾ ਓਰੇਨ ਲਿਲੀ। ਅਤੇ ਇੱਧਰ ਵੀ ਐਰੀਕਾ ਪਾਮ ਹੀ ਆ, ਠੀਕ ਆ ਜੀ। ਇੱਧਰ ਵੀ ਐਰੀਕਾ ਪਾਮ ਆ ਗਿਆ, ਇੱਧਰ ਦੁਪਹਿਰ ਖਿੜੀ ਆ ਗਈ। ਇੱਧਰ ਦੇਖੋ ਆਹ ਮੈਂ ਕਟਿੰਗ ਤੋਂ ਲਾਇਆ ਹੋਇਆ, ਕਾਫੀ ਜ਼ਿਆਦਾ ਵਿਸ਼ੀ ਹੋ ਰਿਹਾ, ਕਾਫੀ ਜ਼ਿਆਦਾ ਇਹਦੀ ਗਰੋਥ ਵਧੀਆ ਹੋ ਰਹੀ ਹੈ, ਬਹੁਤ ਭਰਮਾ ਭਰਮਾ ਜਿਹੜਾ ਪਲਾਂਟ ਤਿਆਰ ਹੋ ਰਿਹਾ। ਅਤੇ ਆਹ ਵੀ ਮੈਂ ਕਟਿੰਗ ਤੋਂ ਹੀ ਲਾਇਆ ਸੀ, ਕਟਿੰਗ ਹੀ ਤਿਆਰ ਕੀਤੀ ਸੀ। ਆਹ ਦੇਖੋ ਥੋੜ੍ਹਾ ਜਿਹਾ ਹਾਲਤ ਇਹਦੀ ਖਰਾਬ ਹੋ ਗਈ, ਪਰ ਕੋਈ ਨਹੀਂ ਜੀ, ਮੌਸਮ ਦੇ ਹਿਸਾਬ ਨਾਲ ਚੇਂਜ ਹੋ ਜੂਗਾ, ਠੀਕ ਹੋ ਜੂਗਾ। ਜਾਣੀ ਕਿ ਆਹ ਵੀ ਆਪਾਂ ਐਲੋਵੇਰਾ ਲਾਇਆ ਸੀ ਕਟਿੰਗ ਤੋਂ। ਆਹ ਦੇਖੋ ਸੁਦਰਸ਼ਨ ਵੀ ਆਪਾਂ ਡਿਵਾਈਡ ਕਰਕੇ ਲਾਇਆ ਸੀ, ਜੋ ਕਿ ਇਸ ਤਰ੍ਹਾਂ ਨਿਕਲਦੇ ਨੇ ਇਹਦੇ ਨੀਚੇ। ਆਹ ਦੇਖੋ ਛੋਟੇ ਛੋਟੇ ਬੇਬੀ ਪਲਾਂਟ ਨਿਕਲਦੇ ਨੇ, ਇਹ ਤੋਂ ਹੀ ਆਪਾਂ ਕਾਫੀ ਸਾਰੇ ਬਣਾ ਸਕਦੇ ਹਾਂ। ਦੇਖੋ ਇਸ ਤਰ੍ਹਾਂ ਨਾ ਬੇਬੀ ਪਲਾਂਟ ਕਾਫੀ ਸਾਰੇ ਨਿਕਲਦੇ ਨੇਗੇ। ਆਹ ਵੀ ਕਟਿੰਗ ਤੋਂ ਹੀ ਆ ਜੀ, ਇਹਦੇ ਵਿੱਚ ਮੇਰਾ ਉਹ ਲਾਇਆ ਹੋਇਆ ਸੀ, ਸੁੱਕ ਗਿਆ, ਕੀ ਕਹਿੰਦੇ ਨੇ ਇਹਨੂੰ, ਮੈਕਸੀਕਨ ਪਟੂਣੀਆ ਸੀਗਾ। ਆਹ ਗੁੜਹਲ ਸਭ ਤੋਂ ਜਦੋਂ ਮੈਂ ਗਾਰਡਨਿੰਗ ਸ਼ੁਰੂ ਕੀਤੀ ਸੀ ਉਦੋਂ ਦਾ ਲੱਗਿਆ ਹੋਇਆ, ਪਰ ਇਹ ਪਾਣੀ ਨਹੀਂ ਸੀ ਇਹਦੇ ਵਿੱਚ, ਹੁਣ ਪਾਇਆ ਥੋੜ੍ਹੇ ਟਾਈਮ ਤੱਕ ਇਹਨੇ ਪੂਰਾ ਹਰਾ ਭਰਾ ਹੋ ਜਾਣਾ, ਅਤੇ ਹੁਣ ਥੋੜ੍ਹਾ ਜਿਹਾ ਮੁਰਝਾਇਆ ਜਿਹਾ ਹੋਇਆ ਕਿਉਂਕਿ ਪਾਣੀ ਨਹੀਂ ਸੀ, ਬਾਰਿਸ਼ ਕਰਕੇ ਧਿਆਨ ਹੀ ਨਹੀਂ ਹੋਇਆ ਹੈਗਾ। ਦੇਖੋ ਬਹੁਤ ਜ਼ਿਆਦਾ ਹੋ ਜਾਣਾ। ਇੱਧਰ ਮੈਕਸੀਕਨ ਪਟੂਣੀਆ ਦੀ ਕਟਿੰਗ ਲਾਈ ਸੀ, ਕਾਫੀ ਜ਼ਿਆਦਾ ਵਧੀਆ ਚੱਲ ਰਹੀ ਹੈ, ਕਿਉਂਕਿ ਇੱਥੇ ਛੇਵੀਂ ਸਾਈਡ ਦੇ ਵਿੱਚ ਹੈ ਨਾ, ਤਾਂ ਕਰਕੇ ਇਹਨੂੰ ਇੱਥੇ ਧੁੱਪ ਨਹੀਂ ਪੈਂਦੀ, ਰੋਸ਼ਨੀ ਵਧੀਆ ਥੋੜ੍ਹੀ ਰੋਸ਼ਨੀ ਵੀ ਮਿਲਦੀ ਹੈ, ਪਰ ਜਿਹੜਾ ਤਰੇ ਛਾਂ ਦੇ ਵਿੱਚ ਰਹਿੰਦਾ, ਤਾਂ ਕਰਕੇ ਇਹਦੀ ਜਿਹੜੀ ਗਰੋਥ ਵੀ ਵਧੀਆ ਅਤੇ ਕਲਰ ਵੀ ਦੇਖੋ, ਗ੍ਰੀਨਰੀ ਜੀ ਪੂਰੀ ਫੁੱਲ ਇਹਦੇ ਵਿੱਚ ਹੈ ਨਾ। ਆਹ ਦੇਖੋ ਸੁਦਰਸ਼ਨ, ਇਹ ਸੁਦਰਸ਼ਨ ਮੈਂ ਇਹਨੂੰ ਕਿਤੋਂ ਮਿਲ ਗਿਆ ਸੀ, ਅਤੇ ਕਾਫੀ ਜ਼ਿਆਦਾ ਮੋਟੇ ਮੋਟੇ ਸਟੈਮ ਇਹਦੇ ਹੋਏ ਪਏ ਨੇ, ਆਹ ਦੇਖੋ ਕਾਫੀ ਜ਼ਿਆਦਾ ਗਰੋਥ ਦੇ ਵਿੱਚ ਆਏ, ਬਹੁਤ ਪੂਰਾ ਮਤਲਬ ਉੱਪਰ ਤੱਕ ਜਾ ਰਿਹਾ ਹੈਗਾ। ਆਹ ਵੀ ਕਟਿੰਗ ਤੋਂ ਹੀ ਲਗਾਈ ਹੋਈ ਆ, ਜੈੱਡ ਪਲਾਂਟ ਦੀ ਮੇਰੀ ਕਟਿੰਗ ਲਾਈ ਹੋਈ ਸੀਗੀ, ਇਹਦੇ ਵਿੱਚ ਵੀ ਸ਼ਾਇਦ ਟਰਟਲ ਵਾਈਨ ਦੀ ਕਟਿੰਗ ਆ, ਹਾਂਜੀ ਟਰਟਲ ਵਾਈਨ ਦੀ ਕਟਿੰਗ ਆ ਗਈ। ਇੱਧਰ ਦੇਖੋ ਇਹ ਵੀ ਕਟਿੰਗ ਤੋਂ ਹੀ ਲਾਇਆ ਸੀ ਮੈਂ, ਜੈੱਡ ਪਲਾਂਟ ਜੋ ਕਿ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਜਦੋਂ ਮੈਂ ਗਾਰਡਨਿੰਗ ਸ਼ੁਰੂ ਕੀਤੀ ਸੀ ਉਸ ਟਾਈਮ ਇੱਦਾਂ ਮੈਂ ਡੀ ਆਈ ਵਾਈ ਆਹ ਬਣਾਉਂਦੀ ਸੀ, ਪਲਾਂਟਰ ਬਣਾ ਕੇ ਇੱਦਾਂ ਕਟਿੰਗ ਲਾ ਦਿੰਦੀ ਸੀ, ਬਹੁਤ ਵਧੀਆ ਚੱਲ ਪਏ। ਅਤੇ ਇੱਧਰ ਵੀ ਦੇਖੋ ਇੱਕ ਡੋਲ ਪਲਾਂਟਰ ਸੀ, ਜੋ ਕਿ ਫੇਸ ਫੂਸ ਵਿਚਾਰੀ ਦਾ ਕੁਛ ਵੀ ਨਹੀਂ ਰਿਹਾ, ਅਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਗਈ, ਪਰ ਪੱਟਣ ਨੂੰ ਜੀ ਨਹੀਂ ਕਰਦਾ ਕਿਉਂਕਿ ਹਜੇ ਤੱਕ ਹੋਰ ਕੋਈ ਪਲਾਂਟਰ ਨਹੀਂ ਸੀਗਾ ਛੋਟਾ। ਅਤੇ ਇਹ ਮੈਂ ਡੋਲ ਬਣਾਈ ਸੀ ਇੱਦਾਂ ਗੁੱਤਾਂ ਜੀਆਂ ਗੁੰਦੀਆਂ ਸੀ ਇਹਦੀਆਂ, ਪਰ ਹੁਣ ਕਾਫੀ ਜ਼ਿਆਦਾ ਗਰੋਥ ਹੋ ਗਈ ਤਾਂ ਕਰਕੇ ਉਹ ਵੀ ਹੋ ਜਾਂਦਾ। ਇੱਧਰ ਵੀ ਦੇਖੋ ਜੈੱਡ ਪਲਾਂਟ ਹੀ ਆ, ਕਾਫੀ ਜ਼ਿਆਦਾ ਗਰੋਥ ਦੇ ਵਿੱਚ ਹੈ ਨਾ। ਇਹ ਤਾਂ ਤੁਸੀਂ 300-400 ਜਿੰਨੇ ਮਰਜ਼ੀ ਪਲਾਂਟ ਬਣਾ ਲਓ ਇਹਦੇ ਵਿੱਚੋਂ, ਤਾਂ ਚਾਹੇ 1000 ਬਣਾ ਲਓ। ਆਹ ਦੇਖੋ
ਇੱਧਰ ਵੀ ਜੈੱਡ ਪਲਾਂਟ ਦੀ ਕਟਿੰਗ ਹੀ ਆ, ਠੀਕ ਆ ਜੀ। ਇੱਧਰ ਹੈਗਾ ਅਗੇਵ, ਇਹ ਵੀ ਤੁਸੀਂ ਇੱਕ ਲਿਆ ਕੇ ਡਿਵਾਈਡ ਕਰ ਸਕਦੇ, ਇਹ ਵੀ ਬਹੁਤ ਜ਼ਿਆਦਾ ਪਲਾਂਟ ਹੋ ਜਾਂਦੇ ਨੇਗੇ। ਉੱਧਰ ਵੀ ਸੁਦਰਸ਼ਨੀ ਡਿਵਾਈਡ ਕਰਕੇ ਲਾਇਆ ਹੋਇਆ ਹੈਗਾ। ਅਤੇ ਹੁਣ ਦੇਖੋ ਤੁਸੀਂ ਇੱਧਰੋਂ ਕਿੰਨਾ ਜ਼ਿਆਦਾ ਵਿਛੀ ਉਹ ਵਾਲਾ ਜੈੱਡ ਪਲਾਂਟ, ਠੀਕ ਆ ਜੀ। ਆਹ ਇੱਧਰ ਇੱਕ ਬੇਲ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਾਣੀ ਹੁਣ ਪਾਇਆ ਹੈ ਨਾ, ਕਾਫੀ ਜ਼ਿਆਦਾ ਮੁਰਝਾਈ ਹੋਈ ਪਰ ਥੋੜ੍ਹੇ ਟਾਈਮ ਤੱਕ ਠੀਕ ਹੋ ਜੂਗੀ। ਇੱਧਰ ਦੇਖੋ ਇੱਕ ਹੈਗਾ ਇਹ ਗਲੋ ਦਾ ਪਲਾਂਟ, ਬਹੁਤ ਜ਼ਿਆਦਾ ਸੁੱਭ ਮੰਨਿਆ ਜਾਂਦਾ, ਸੱਪ ਸੁੱਪ ਵੀ ਨੇ ਇਹਦੇ ਨਾਲ ਆਉਂਦੇ ਜੇਕਰ ਤੁਸੀਂ ਆਪਣੇ ਘਰ ਇਹਨੂੰ ਲਾਉਂਦੇ ਹੋ ਨਾ। ਬਹੁਤ ਜ਼ਿਆਦਾ ਵਧੀਆ ਪਲਾਂਟ ਹੈ, ਇਹ ਜ਼ਰੂਰ ਲਾਉਣਾ ਚਾਹੀਦਾ ਇਹ, ਜੇਕਰ ਨਿੰਮ 'ਤੇ ਹੋਵੇ ਤਾਂ ਉਸ ਤੋਂ ਵੀ ਵਧੀਆ। ਇਹ ਬਾਕੀ ਆਪਣੀ ਸਿਹਤ ਲਈ ਵੀ ਗਲੋ ਜਿਹੜਾ ਬਹੁਤ ਜ਼ਿਆਦਾ ਵਧੀਆ ਹੈ ਨਾ ਚੀਜ਼ ਆ। ਆਹ ਇੱਕ ਕੜੀ ਪੱਤਾ ਦੇਖੋ ਜੀ ਲੱਗਿਆ ਹੋਇਆ, ਇਹ ਵੀ ਹੁਣ ਨਵੀਂ ਪੱਤੇ ਕੱਢਣ ਲੱਗ ਗਏ, ਗਰੋਥ ਵਧੀਆ ਹੋਣ ਲੱਗ ਗਈ ਇਹਦੀ ਹੁਣ। ਇੱਧਰ ਹੈਗੇ ਓਰੇਨ ਲਿਲੀ, ਇਹਨਾਂ ਦੇ ਵਿੱਚੋਂ ਹਜੇ ਕਿਸੇ ਨੇ ਵੀ ਫਲਾਵਰ ਨਹੀਂ ਕੱਢਿਆ ਹੈਗਾ, ਅਤੇ ਇਹਦੇ ਨਾਲ ਹੀ ਜੈੱਡ ਪਲਾਂਟ ਦੇ ਵਿੱਚੋਂ ਵੀ ਜਿੱਥੇ ਵੀ ਮੈਨੂੰ ਮਿਲਦੀ ਕਟਿੰਗ ਲਾ ਦਿੰਦੀ ਹੈ, ਈਜ਼ੀਲੀ ਇਹ ਹੋ ਜਾਂਦਾ ਗਰੋ। ਆਹ ਵੀ ਦੇਖੋ ਜੈੱਡ ਪਲਾਂਟ ਦੀ ਕਟਿੰਗ ਆ ਗਈ, ਇਹ ਵੀ ਜੈੱਡ ਪਲਾਂਟ ਦੀ ਕਟਿੰਗ ਆ ਗਈ ਹੈ ਨਾ। ਆਹ ਮੇਰਾ ਓਰੀਜਨਲ ਆ ਜਿਹੜਾ, ਇਹਦੇ ਵਿੱਚੋਂ ਹੀ ਮੈਂ ਡਿਵਾਈਡ ਕਰਕੇ ਲਾਉਂਦੀ ਹਾਂ। ਆਹ ਵੀ ਜੈੱਡ ਪਲਾਂਟ ਦੀ ਕਟਿੰਗ ਆ, ਆਹ ਵੀ ਜੈੱਡ ਪਲਾਂਟ ਦੀ ਕਟਿੰਗ ਆ, ਇੱਧਰ ਕੁਛ ਦੁਪਹਿਰ ਖਿੜੀ ਆ ਹੈ ਨਾ, ਇੱਦਾਂ ਕਰਕੇ ਹੀ ਹੈਗਾ। ਬਾਕੀ ਪਲਾਂਟ ਆਪਾਂ ਤੁਹਾਨੂੰ ਸਾਰੇ ਦਿਖਾ ਤੇ ਜੋ ਵੀ ਸੀਗੇ, ਅਤੇ ਇੱਕ ਨਾ ਜੇ ਤੁਸੀਂ ਗਾਰਡਨਿੰਗ ਦਾ ਤੁਹਾਨੂੰ ਸ਼ੌਂਕ ਆ ਗਾਰਡਨਿੰਗ ਕਰਨਾ ਚਾਹੁੰਦੇ, ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਲਾਂਟ ਖਰਾਬ ਹੁੰਦੇ ਨੇ, ਤਾਂ ਤੁਸੀਂ ਇਹ ਸੋਚਿਓ ਵੀ ਆਪਾਂ ਇੱਦਾਂ ਦੇ ਪਲਾਂਟ ਜਿਹੜੇ ਪੌਦੇ ਨੇ, ਇਹ ਇੱਕ ਦਰਖਤ ਦੀ ਸ਼ੇਪ ਵੀ ਦੇ ਦਿੰਦੇ ਨੇ, ਛੋਟੇ ਅਗਰ ਆਪਾਂ ਇਹਨੂੰ ਗਮਲਿਆਂ 'ਚ ਲਾਉਣੇ ਤਾਂ ਆਪਾਂ ਨੂੰ ਕੋਈ ਵੀ ਸ਼ੇਪ ਦੇ ਸਕਦੇ, ਜਿਵੇਂ ਕਿ ਆਪਾਂ ਬੋਨਸਾਈ ਬਣਾਉਣੇ ਹੈ ਨਾ, ਉਹ ਸ਼ੇਪ ਵੀ ਆ ਜਾਂਦੇ, ਬਹੁਤ ਸੋਹਣੇ ਲੱਗਦੇ ਨੇ। ਇਹ ਜ਼ਰੂਰ ਆਪਣੇ ਗਾਰਡਨ ਦੇ ਵਿੱਚ ਐਡ ਕਰੋ, ਜਿਹੜੀਆਂ ਬੇਲਾਂ ਨੇ ਉਹ ਵੀ ਐਡ ਕਰੋ, ਮੈਂ ਕਰੂੰਗੀ ਹੁਣ ਬੇਲਾਂ ਐਡ ਕਰੂੰਗੀ, ਤਾਂ ਕਿ ਗਰਮੀ ਦੇ ਵਿੱਚ ਮੇਰੇ ਜਿਹੜੇ ਪਲਾਂਟ ਨੇ ਉਹ ਮਰਨ ਨਾ, ਉਹਨਾਂ ਨੂੰ ਥੋੜ੍ਹੀ ਜਿਹੀ ਛਾਂ ਮਿਲੇ ਹੈ ਨਾ, ਉਹ ਜ਼ਰੂਰ ਐਡ ਕਰੂੰਗੀ ਮੈਂ ਹੁਣ ਬੇਲਾਂ ਲੈ ਕੇ ਆਊਂਗੀ, ਉਸ ਤਰ੍ਹਾਂ ਦੇ ਲੈ ਕੇ ਆਊਂਗੀ, ਜ਼ਿਆਦਾ ਪੱਤੇ ਪੱਤੇ ਜਿਹੜੇ ਮਤਲਬ ਨਾ ਹੀ ਜ਼ਿਆਦਾ ਫਲਾਵਰ ਜਿਹੜੇ ਹੁੰਦੇ ਨੇ ਵੀ ਉਹ ਇੱਕ ਜ਼ਿਆਦਾ ਉੱਡਦੇ ਨੇ ਹੈ ਨਾ, ਕੋਈ ਉਸ ਤਰ੍ਹਾਂ ਦੇ ਲੈ ਕੇ ਆਊਂ ਵੀ ਜਿਹੜਾ ਮਤਲਬ ਘੱਟ ਹੋ ਜਾਏ। ਕੋਈ ਗਾਰਡਨ ਕਰਾਂਗੇ ਗੰਦ ਤਾਂ ਪਊਗਾ, ਸਫਾਈ ਤਾਂ ਕਰਨੀ ਪਊਗੀ, ਇਹ ਤਾਂ ਹੈ ਨਹੀਂ ਵੀ ਨਹੀਂ ਕਰਨੀ ਪੈਂਦੀ ਹੈ ਨਾ, ਅਤੇ ਇਸ ਤਰ੍ਹਾਂ ਦੀ ਜ਼ਰੂਰ ਐਡ ਕਰਿਓ। ਮੈਂ ਇਹ ਤਿੰਨਾਂ ਨੇ ਮੇਰੇ ਕੋਲ, ਇੱਕ ਚਾਰ ਲੈ ਕੇ ਸੀ, ਇੱਕ ਤਾਂ ਥੋੜ੍ਹੀ ਜਿਹੀ ਹਾਲਤ ਖਰਾਬ ਆ, ਬਾਕੀ ਚਲੋ ਵਧੀਆ ਠੀਕ ਚੱਲਦੇ ਨੇ, ਠੀਕ ਆ ਜੀ। ਇਹ ਜ਼ਰੂਰ ਜ਼ਰੂਰ ਐਡ ਕਰਿਓ ਕਿਉਂਕਿ ਛਾਂ ਰਹੇ, ਅਤੇ ਇਹਦੇ ਵਿੱਚ ਇੱਕ ਖਾਸੀਅਤ ਹੋਰ ਵੀ ਹੈ, ਇਹਦੇ ਵਿੱਚ ਦੇਖੋ ਆਲ੍ਹਣਾ ਪਾਇਆ ਸੀਗਾ ਚਿੜੀਆਂ ਨੇ ਹੈ ਨਾ, ਬੁਲਬੁਲ ਨੇ ਆਲ੍ਹਣਾ ਪਾਇਆ ਸੀ, ਜੋ ਕਿ ਉਹਦੇ ਬੱਚੇ ਇੰਨੇ ਵਧੀਆ ਪਲ ਕੇ ਗਏ ਨੇ, ਡਾਰੀਆਂ ਮਾਰ ਕੇ ਗਏ ਨੇ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਹੈ ਇਹ ਚੀਜ਼ ਦੀ ਹੈ ਨਾ। ਅਤੇ ਚਲੋ ਜੀ ਹੁਣ ਲਾਸਟ 'ਚ ਤੁਹਾਨੂੰ ਜਿਹੜੇ ਆਪਾਂ ਕੱਲ੍ਹ ਪੇਂਟ ਕਰੇ ਸੀ ਉਹ ਦਿਖਾਉਂਦੇ ਹਾਂ, ਅਤੇ ਕਿੱਥੇ ਰੱਖੇ ਨੇ ਮੈਂ, ਠੀਕ ਆ ਜੀ। ਬਾਕੀ ਇਹੀ ਸੀਗਾ, ਅੱਗੇ ਅੱਗੇ ਆਪਾਂ ਹੋਰ ਵੀ ਕਰਾਂਗੇ ਸ਼ੇਅਰ, ਕੁਛ ਗਾਰਡਨਿੰਗ ਦਾ ਕਰਾਂਗੇ ਹੁਣ ਆਪਾਂ, ਗਾਰਡਨ ਦਾ ਕੰਮ ਕਰ, ਕਿਉਂਕਿ ਇਸ ਤੋਂ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ, ਗਰਮੀ ਕਰਕੇ ਨਾ ਕੁਛ ਵੀ ਕੰਮ ਨਹੀਂ ਹੋ ਰਹੇ ਸੀ, ਇੱਧਰ ਆਉਣ ਨੂੰ ਵੀ ਜੀ ਨਹੀਂ ਕਰ ਰਿਹਾ ਸੀਗਾ, ਬਹੁਤ ਜ਼ਿਆਦਾ ਇਸ ਵਾਰ ਗਰਮੀ ਸੀਗੀ। ਅਤੇ ਚਲੋ ਹੁਣ ਆਪਾਂ ਮੌਸਮ ਥੋੜ੍ਹਾ ਜਿਹਾ ਹੁਣ 10 ਕੁ ਦਿਨਾਂ ਤੱਕ ਵਧੀਆ ਹੋ ਜਾਣਾਗੇ, 10-15 ਦਿਨਾਂ ਤੱਕ, ਫਿਰ ਆਪਾਂ ਆਪਣੇ ਜਿਹੜੇ ਗਾਰਡਨ ਦੇ ਕੰਮ ਨੇ ਉਹ ਵੀ ਸ਼ੁਰੂ ਕਰਾਂਗੇ। ਅੱਗੇ ਦੀਵਾਲੀ ਆ ਰਹੀ ਹੈ, ਇਹਨੂੰ ਆਪਾਂ ਵਧੀਆ ਤਰੀਕੇ ਨਾਲ ਸਜਾਵਾਂਗੇ ਹੈ ਨਾ, ਅਤੇ ਸੋ ਵਧੀਆ ਵਧੀਆ ਵੀਡੀਓ ਤੁਹਾਨੂੰ ਦੇਵਾਂਗੇ ਗਾਰਡਨ ਦੀਆਂ ਹੀ, ਕਿਉਂਕਿ ਗਾਰਡਨ ਨਾਲ ਦੇਖੋ ਕਿਹਨੂੰ ਪਿਆਰ ਨਹੀਂ, ਪੌਦਿਆਂ ਨਾਲ ਮੈਨੂੰ ਲੱਗਦਾ ਲਗਭਗ ਸਭ ਨੂੰ ਹੀ ਪਿਆਰ ਆ, ਮੈਨੂੰ ਤਾਂ ਬਹੁਤ ਪਿਆਰ ਹੈ ਜੀ ਪੌਦਿਆਂ ਨਾਲ, ਜਦੋਂ ਵੀ ਕਦੇ ਉਦਾਸ ਹੁੰਦੀ ਹਾਂ ਤਾਂ ਇਹਨਾਂ ਨੂੰ ਆ ਕੇ ਇੱਕ ਵਾਰ ਮੈਂ ਦੇਖਦੀ ਹਾਂ, ਨਿਹਾਰਦੀ ਹਾਂ ਇਹਨਾਂ ਨੂੰ, ਕਈ ਵਾਰ ਮੈਂ ਜੱਫੀ ਵੀ ਪਾ ਲੈਂਦੀ ਹਾਂ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਹੈ ਨਾ, ਬਹੁਤ ਪਿਆਰ, ਕਿਉਂਕਿ ਕਈ ਵਾਰ ਹੁੰਦਾ ਜੀ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ, ਫਿਰ ਮੈਂ ਆ ਕੇ ਇੱਥੇ ਗਾਰਡਨ ਦੇ ਵਿੱਚ ਇਹਨਾਂ ਨਾਲ ਹੀ ਆਪਣਾ ਦੁੱਖ ਸੁੱਖ ਜਿਹੜਾ ਸ਼ੇਅਰ ਕਰਦੀ ਹਾਂ। ਮੈਨੂੰ ਬਹੁਤ ਬਹੁਤ ਪਿਆਰੇ ਨੇ ਮੇਰੇ ਪਲਾਂਟ ਹੈ ਨਾ, ਇੰਨਾ ਕਰਕੇ ਹੀ ਅੱਜ ਮੈਂ ਯੂਟਿਊਬ 'ਤੇ ਆਈ ਹਾਂ, ਮੈਨੂੰ ਬਹੁਤ ਜ਼ਿਆਦਾ ਉਹ ਸੀਗਾ, ਨਹੀਂ ਤਾਂ ਮੈਂ ਸ਼ਾਇਦ ਨਾ ਹੀ ਉਹ ਹੁੰਦੀ ਹੈ ਨਾ।
ਚਲੋ ਉਹ ਕਿਸੇ ਦਿਨ ਫਿਰ ਗੱਲ ਕਰਾਂਗੇ। ਅਤੇ ਹੁਣ ਤੁਹਾਨੂੰ ਆਪਾਂ ਦਿਖਾ ਕੇ ਵੀਡੀਓ ਦਾ ਐਂਡ ਕਰਦੇ, ਜਿਹੜੇ ਆਪਾਂ ਕੱਲ੍ਹ ਜਿਹੜੇ ਕੁੱਜੇ ਆਪਾਂ ਪੇਂਟ ਕੀਤੇ ਸੀ ਵੀ ਉਹ ਕਿੱਥੇ ਰੱਖੇ ਨੇ। ਹੌਲੀ ਹੌਲੀ ਆਪਾਂ ਕਰਾਂਗੇ ਸੈਟਿੰਗ ਵੀ ਇੱਕ ਵਾਰ। ਚਲੋ ਇਹ ਵੀ ਗਾਰਡਨ ਦੇ ਵਿੱਚ ਜਿੰਨੇ ਰੰਗ ਹੋਣ ਓਨਾ ਹੀ ਸੋਹਣਾ ਲੱਗਦਾ ਹੈ ਨਾ। ਵੈਸੇ ਚਲੋ ਇੰਨੇ ਰੰਗ ਤਾਂ ਨਹੀਂ ਹੈਗੇ, ਹੁਣ ਤਾਂ ਫਿਲਹਾਲ ਠੀਕ ਠਾਕ ਹੀ ਆ। ਪਹਿਲਾਂ ਬਹੁਤ ਵਧੀਆ ਸੀ ਮੇਰਾ ਗਾਰਡਨ, ਬਹੁਤ ਜ਼ਿਆਦਾ ਵਧੀਆ ਸੀ। ਹੁਣ ਚਲੋ ਉੱਧਰ ਵੀ ਥੋੜ੍ਹੇ ਜਿਹੇ ਕਲਰ ਐਡ ਹੋ ਗਏ ਹੈ ਨਾ। ਅਤੇ ਕੱਲ੍ਹ ਆਪਾਂ ਪੇਂਟ ਕਰੇ ਦੋ ਕਲਰ ਇਹ ਐਡ ਹੋ ਗਏ, ਇਸ ਤਰ੍ਹਾਂ ਹੀ ਆਪਾਂ ਕਲਰਫੁੱਲ ਜਿਹਾ ਬਣਾਵਾਂਗੇ ਗਾਰਡਨ ਹੁਣ। ਪਤਾ ਪਹਿਲਾਂ ਮੈਨੂੰ ਕਮਲ ਚੜ ਗਿਆ ਸੀ, ਮੈਂ ਨਾ ਸਿਰਫ ਰੈੱਡ ਹੀ ਰੱਖਣਾ ਚਾਹੁੰਦੀ ਸੀ, ਤਾਂ ਕਰਕੇ ਜਿਹੜੇ ਮੇਰੇ ਪੋਟ 'ਤੇ ਕਲਰ ਕੀਤਾ ਹੋਇਆ ਰੈੱਡ 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 ਹੀ ਹੋ ਗਿਆ ਸੀਗਾ। ਅਤੇ ਜੇ ਮੇਰੇ ਕੋਲ ਵੀਡੀਓ ਹੋਇਆ ਕੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਜ਼ਰੂਰ ਸ਼ੇਅਰ ਕਰੂੰਗੀ ਉਹ ਵੀਡੀਓ ਨਾ। ਅਤੇ ਜੇ ਹੋਇਆ ਮੇਰੇ ਕੋਲ ਮਿਲ ਗਿਆ ਕਿਤੇ ਵੀ ਕਿਸ ਤਰ੍ਹਾਂ ਮੇਰਾ ਗਾਰਡਨ ਲੱਗਦਾ ਸੀਗਾ, ਬਹੁਤ ਸੋਹਣਾ ਹੋ ਗਿਆ ਸੀ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ, ਚਾਰ ਪੰਜ ਸਾਲ ਕੱਲ ਮੇਰਾ ਗਾਰਡਨ ਬਹੁਤ ਸੋਹਣਾ ਸੀਗਾ। ਪਰ ਹੁਣ ਥੋੜ੍ਹਾ ਜਿਹਾ ਚਲੋ ਮੇਰੀ ਕੇਅਰ ਮੇਰੇ ਤੋਂ ਨਹੀਂ ਹੁੰਦੀ ਹੈ ਨਾ, ਕਰਾਂਗੇ ਉੱਦਾਂ ਹੀ ਬਣਾਵਾਂਗੇ ਕੁਛ। ਪਤਾ ਘਰ ਦਾ ਹੀ ਹਜੇ ਅਟਕਿਆ ਪਿਆ ਕੰਮ, ਜਿੰਨਾ ਟਾਈਮ ਮੈਨੂੰ ਇਹ ਵੀ ਹੁੰਦਾ ਵੀ ਉਦੋਂ ਹੀ ਮੈਂ ਵਧੀਆ ਤਰੀਕੇ ਨਾਲ ਬਣਾਵਾਂ। ਚਲੋ ਜੀ ਦਿਖਾ ਕੇ ਆਪਾਂ ਫਿਰ ਵੀਡੀਓ ਦਾ ਐਂਡ ਕਰਦੇ। ਤੁਹਾਨੂੰ ਇੱਕ ਦੋ ਪਲਾਂਟ ਹੋਰ ਵੀ ਰਹਿ ਗਏ, ਤੁਹਾਨੂੰ ਉਹ ਵੀ ਦਿਖਾਉਣੀ ਹੈਗੀ। ਇਹਦੇ ਵਿੱਚ ਟਰਟਲ ਵਾਈਨ ਅਤੇ ਆਹ ਦੇਖੋ ਟਰਟਲ ਵਾਈਨ ਅਤੇ ਆਹ ਜੈੱਡ ਪਲਾਂਟ ਦੀ ਕਟਿੰਗ ਇੰਨੀ ਘੈਂਟ ਆ, ਇੰਨਾ ਸੋਹਣਾ ਇਹ ਲੱਗ ਰਿਹਾ ਨਾ। ਦੇਖੋ ਐਰੀਕਾ ਪਾਮ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਇਹ। ਅਤੇ ਆਹ ਦੇਖੋ ਫਲਾਵਰ ਕਿੰਨੇ ਘੈਂਟ ਲੱਗ ਰਹੇ ਨੇ। ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਜ਼ਰੂਰ ਟਰਾਈ ਕਰਿਆ ਕਰੋ ਵੀ ਥੋੜ੍ਹਾ ਛੋਟਾ ਜਿਹਾ। ਇਹ ਨਹੀਂ ਹੁੰਦਾ ਵੀ ਆਪਾਂ ਵੱਡੇ ਲੈਵਲ ਤੋਂ ਕੰਮ ਨੂੰ ਸਟਾਰਟ ਕਰਨਾ, ਐਂ ਤਾਂ ਫਿਰ ਗਾਰਡਨਿੰਗ ਬਹੁਤ ਬਹੁਤ ਮਹਿੰਗੀ ਆ ਨਾ। ਆਹ ਦੇਖੋ ਬਹੁਤ ਸੋਹਣਾ ਲੱਗ ਰਿਹਾ। ਲਓ ਜੀ ਬਾਕੀ ਜਿਹੜੇ ਸੀਗੇ ਆਪਾਂ ਕੱਲ੍ਹ ਉਹ ਕੀਤੇ ਸੀ ਇੱਥੇ ਰੱਖਤੇ, ਇਹ ਵਿਚਾਲੇ ਜੈੱਡ ਪਲਾਂਟ ਰੱਖਤਾ। ਆਹ ਦੇਖੋ ਫਿਲਹਾਲ ਦੇ ਲਈ ਇੱਥੇ ਹੀ ਮੈਨੂੰ ਸਹੀ ਲੱਗਿਆ, ਇੱਥੇ ਹੀ ਰੱਖਤੇ ਮੈਂ। ਅਤੇ ਕੋਈ ਨਹੀਂ ਜੀ ਬਾਅਦ ਦੇ ਵਿੱਚ ਆਪਾਂ ਕਰਾਂਗੇ। ਇੱਥੇ ਆਹ ਫਲਾਵਰ ਕੁਛ ਆਏ ਸੀਗੇ, ਇੱਥੇ ਰੱਖਦੇ ਆਪਾਂ ਇਹਦੇ ਬਿਲਕੁਲ ਨਾਲ ਹੀ ਆਪਾਂ ਇਹਨੂੰ ਬਣਾਵਾਂਗੇ ਫਾਊਂਟੇਨ ਦੁਬਾਰਾ ਤੋਂ। ਠੀਕ ਹੈ ਜੀ, ਕਰਾਂਗੇ ਹੌਲੀ ਹੌਲੀ ਸਟਾਰਟ ਕਰਦੇ ਕਲੀਅਰ। ਲਓ ਜੀ ਇਸ ਤਰ੍ਹਾਂ ਦਿਖਦਾ ਮੇਰਾ ਗਾਰਡਨ ਪੂਰਾ, ਇੱਧਰੋਂ ਲੈ ਕੇ ਚਾਰੋ ਸਾਈਡ ਪਲਾਂਟ ਹੀ ਪਲਾਂਟ ਨੇਗੇ। ਆਹ ਦੇਖੋ ਇਸ ਤਰ੍ਹਾਂ ਦਿਖਦਾ ਪੂਰਾ ਗਾਰਡਨ ਇਸ ਤਰ੍ਹਾਂ। ਆਹ ਦੇਖੋ ਆਹ ਵੀ ਸ਼ਾਮ ਵਾਲਾ ਹੀ ਹੈਗਾ ਕਨੇਰ। ਆਹ ਦੇਖੋ ਇਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਰਹਿੰਦਾ। ਠੀਕ ਆ ਜੀ, ਇੱਧਰੋਂ ਵੀ ਇਸ ਤਰ੍ਹਾਂ ਗਾ ਇਸ ਤਰ੍ਹਾਂ ਪੂਰਾ ਗਾਰਡਨ। ਜਿਹੜੇ ਕੁੱਜੇ ਸੀਗੇ ਪੇਂਟ ਕੀਤੇ ਸੀਗੇ ਪਹਿਲਾਂ ਮੈਂ ਨੀਚੇ ਰੱਖਤੇ ਸੀਗੇ, ਹੁਣ ਦੇਖੋ ਜਿਸ ਤਰ੍ਹਾਂ ਮੈਂ ਕੰਧ ਦੇ ਉੱਪਰ ਨਾ ਇਹਨਾਂ ਨੂੰ ਹੈਂਗ ਕਰਤੇ, ਇੱਥੇ ਸੋਹਣੇ ਲੱਗ ਰਹੇ ਨੇ। ਮੈਨੂੰ ਨੀਚੇ ਵਧੀਆ ਨਹੀਂ ਲੱਗੇ ਪਰ ਫਿਰ ਮੈਂ ਉੱਪਰ ਰੱਖਤੇ ਸੀ। ਦੱਸਿਓ ਜੀ ਕਿਹੜੇ ਕਿਹੜੇ ਪੋਟ ਜਾਂ ਕੋਈ ਪਲਾਂਟ ਤੁਹਾਨੂੰ ਵਧੀਆ ਲੱਗੇ ਨੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਜ਼ਰੂਰ ਦੱਸਿਓ ਹੈ ਨਾ। ਵੈਸੇ ਕੰਧ 'ਤੇ ਜ਼ਿਆਦਾ ਵਧੀਆ ਲੱਗ ਰਹੇ ਨੇ, ਮੌਸਮ ਵੀ ਅੱਜ ਸਵੇਰੇ ਠੰਡਾ ਸੀਗਾ, ਅੱਜ ਸਵੇਰੇ ਹੀ ਲਾਏ ਨੇ ਮੈਂ ਇਹ। ਮੈਂ ਕਿਹਾ ਚਲੋ ਵਿੱਚ ਐਡ ਕਰ ਦਿੰਦੇ ਵੀ ਕੰਧ 'ਤੇ ਲੱਗੇ ਹੋਏ ਸੋਹਣੇ ਲੱਗਦੇ ਨੇ ਹੈ ਨਾ, ਨੀਚੇ ਨਹੀਂ ਉਨੇ ਵਧੀਆ ਲੱਗਦੇ ਸੀ ਪਰ ਉੱਪਰ ਜ਼ਿਆਦਾ ਵਧੀਆ ਲੱਗਦੇ ਨੇਗੇ। ਜੀ ਆਈ ਹੋਪ ਤੁਹਾਨੂੰ ਗਾਰਡਨ ਮੇਰਾ ਜਿਹੜਾ ਵਧੀਆ ਲੱਗਿਆ ਹੋ, ਅਤੇ ਕਮੈਂਟ ਬਾਕਸ ਵਿੱਚ ਜ਼ਰੂਰ ਜ਼ਰੂਰ ਲਿਖ ਕੇ ਦੱਸਿਓ ਵੀ ਤੁਹਾਨੂੰ ਕਿਹੜਾ ਪਲਾਂਟ ਮੇਰਾ ਵਧੀਆ ਲੱਗਿਆ। ਠੀਕ ਹੈ ਜੀ, ਅਤੇ ਹੋਰ ਮੈਂ ਕਿਸ ਤਰ੍ਹਾਂ ਇਹਨੂੰ ਸਜਾਵਾਂ ਥੋੜ੍ਹਾ ਜਿਹਾ ਦੱਸਿਓ, ਮੈਨੂੰ ਆਈਡੀਆ ਥੋੜ੍ਹਾ ਜਿਹਾ ਦਿਓ। ਅਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਰਕੇ ਜਾਇਓ, ਸ਼ੇਅਰ ਕਰ ਦਿਓ, ਨਿਊ ਮੇਰੇ ਚੈਨਲ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਮਿਲਦੇ ਹਾਂ ਕੱਲ੍ਹ ਵਧੀਆ ਵਲੌਗ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ, ਟੇਕ ਕੇਅਰ।